ਨੌਜਵਾਨਾਂ ਦੇ ਬੰਦੇ ਬਿਮਾਰ ਹੋਏ ਪਏ ਆ, ਇੱਥੇ ਭੁੱਖੇ ਸੌਂਦੇ ਆ, ਇਹਨਾਂ ਨੂੰ ਮਹੀਨਾ ਹੋ ਗਿਆ ਵਾ, ਪੈਸੇ ਲੈ ਲੈਂਦੇ ਆ 1,80,000, ਕਦੀ ਕਿੰਨੇ ਲੈ ਲੈਂਦੇ ਆ ਕਦੀ ਕਿੰਨੇ, ਤੇ ਬੰਦਿਆਂ ਨੂੰ ਕੰਮ ਤੇ ਅਜੇ ਤੱਕ ਨਹੀਂ ਲਾਇਆ। ਆ ਲਓ ਜੀ ਨੌਜਵਾਨਾਂ ਦੇ ਮੂੰਹੋਂ ਸੁਣੋ ਤੁਸੀਂ। ਏਵਨ ਪੰਜਾਬੀ ਨਿਡਰ ਨਿਰਪੱਖ ਤੇ ਨਵੀਂ ਸੋਚ, ਮੈਂ ਤੁਹਾਡਾ ਦੋਸਤ ਸੋਮ ਸਹੋਤਾ ਤੋਂ ਲੈ ਕੇ ਹਾਜ਼ਰ ਹਾਂ। ਕਰੰਟ ਇਸ਼ੂ ਲਈ ਚੱਲਦੇ ਹਾਂ ਬਟਾਲਾ। ਦੋਸਤੋ, ਚੰਗੇ ਭਵਿੱਖ ਦੀ ਕਾਮਨਾ ਕਰਨ ਵਾਸਤੇ ਅਸੀਂ ਤਰ੍ਹਾਂ ਤਰ੍ਹਾਂ ਦੇ ਏਜੰਟਾਂ ਦਾ ਸਹਾਰਾ ਲੈਂਦੇ ਹਾਂ ਔਰ ਉਹਨਾਂ ਦੀਆਂ ਚੋਪੜੀਆਂ ਚੋਪੜੀਆਂ ਗੱਲਾਂ ਦੇ ਵਿੱਚ ਆ ਕੇ ਆਪਣੀ ਜ਼ਿੰਦਗੀ ਬਰਬਾਦ ਵੀ ਕਰ ਬੈਠਦੇ ਹਾਂ। ਔਰ ਅਜਿਹੇ ਇੱਕ ਪਰਿਵਾਰ ਹੈ ਔਰ ਜਿਹੜਾ ਕਿ ਧੋਖੇਬਾਜ਼ ਏਜੰਟਾਂ ਦਾ ਸ਼ਿਕਾਰ ਹੋ ਚੁੱਕਾ ਹੈ ਔਰ ਅੱਜ ਉਹਨਾਂ ਦੇ ਬੱਚੇ ਜਿਹੜੇ ਹੈ ਉਹ ਦੂਸਰੇ ਦੇਸ਼ਾਂ ਦੇ ਵਿੱਚ ਰੁਲਦੇ ਪਏ ਨੇ। ਕੀ ਹੈ ਪੂਰੀ ਖਬਰ, ਜਾਣਨ ਵਾਸਤੇ ਚੱਲਦੇ ਹਾਂ ਜੀ ਬਟਾਲੇ, ਜਿੱਥੋਂ ਸੁਖਦੇਵ ਰੰਧਾਵਾ ਜੀ ਸਾਡੇ ਨਾਲ ਜੁੜ ਚੁੱਕੇ ਨੇ, ਉਹਨਾਂ ਤੋਂ ਲੈਂਦੇ ਹਾਂ ਅਪਡੇਟ। ਰੰਧਾਵਾ ਜੀ, ਇਸ ਖਬਰ ਨੂੰ ਲੈ ਕੇ ਕੀ ਜਾਣਕਾਰੀ ਹੈ ਤੁਹਾਡੇ ਕੋਲ? ਜੀ, ਹੀਰਾ ਸਿੰਘ ਪੁੱਤਰ ਸਤਨਾਮ ਸਿੰਘ, ਜੋ ਕਿ ਵੀਰਾ ਤੇਜਾ ਦਾ ਰਹਿਣ ਵਾਲਾ ਹੈ ਤੇ ਪਹਿਲਾਂ ਵੀ ਇਹ ਆਪਣੇ ਸ਼ਾਦੀ ਤੋਂ ਪਹਿਲਾਂ 5 ਸਾਲ ਜਿਹੜੇ ਉਹ ਦੁਬਈ ਦੇ ਵਿੱਚ ਕੰਮ ਕਾਜ ਵਾਸਤੇ ਲਗਾ ਕੇ ਆਇਆ, ਸ਼ਾਦੀ ਤੋਂ ਬਾਅਦ ਵੀ 4 ਸਾਲ ਗਿਆ ਸੀ ਜੀ। ਤੇ ਹੁਣ ਜਿਹੜਾ ਵਾ 19 ਦਸੰਬਰ ਨੂੰ ਜਿਹੜੀ ਇਹਦੀ ਫਲਾਈਟ ਸੀ ਇਹ ਏਜੰਟਾਂ ਵੱਲੋਂ ਕਰਵਾਈ ਗਈ ਤੇ ਉੱਥੇ ਦੱਸਿਆ ਜਾ ਰਿਹਾ ਕਿ ਵਿਜ਼ਿਟ ਵੀਜ਼ੇ ਤੇ ਨੂੰ ਭੇਜਤਾ ਤੇ 1 ਮਹੀਨਾ ਹੋ ਗਿਆ ਜੋ ਇਸ ਵਕਤ ਉਹ ਭੁੱਖ ਭਾਣਾ ਤੇ ਫਾਕੇ ਜਿਹੜਾ ਉਹ ਕੱਟ ਰਿਹਾ ਹੈ ਤੇ ਉਹ ਆਪਣੀ ਵਾਪਸੀ ਜਿਹੜੀ ਆ ਉਹ ਭਾਰਤ ਵੱਲ ਨੂੰ ਕਰਾਉਣੇ ਆ ਚਾਹੁੰਦਾ ਹੈ ਤੇ ਉਹਨੇ ਜੋ ਵੀਡੀਓ ਵਾਇਰਲ 'ਚ ਤੁਸੀਂ ਦੇਖ ਰਹੇ ਜੇ ਉਹ ਆਪਣੀ ਦਾਸਤਾਨ ਜਿਹੜੀ ਆ ਉਹ ਸ਼ਰੇਆਮ ਸਾਰਿਆਂ ਨੂੰ ਦੱਸ ਰਿਹਾ ਜੀ। ਸੁਖਤਾ ਜੀ, ਔਰ ਉਹ ਜਿਹੜੇ ਏਜੰਟ ਹੈ ਜਿਹਨਾਂ ਦੇ ਧੋਖੇ ਦਾ ਸ਼ਿਕਾਰ ਹੋਏ ਨੇ ਇਹ, ਉਹ ਇਸ ਟਾਈਮ ਮਤਲਬ ਦਫ਼ਤਰ ਨੂੰ ਲੋਕ ਲੂਕ ਲਾ ਕੇ ਚਲੇ ਗਏ ਜਾਂ ਕਿਤੇ ਨਾ ਕਿਤੇ ਨਜ਼ਦੀਕ ਹੀ ਹੈ? ਹਾਂ, ਮੈਂ ਜਦੋਂ ਹੀ ਇੱਕ ਹੈਗਾ ਹੈ ਕਪੂਰਥਲੇ ਦਾ ਜੋਸ਼ ਤੇ ਦੂਜਾ ਹੈ ਗੁਰਦਿਆਲ ਸਿੰਘ ਜੋ ਜਲੰਧਰ ਦਾ ਏਜੰਟ ਹੈ ਤੇ ਇਹਨਾਂ ਨੂੰ ਨਾਲ ਮਿਲਾਉਣ ਵਾਲਾ ਇਹਨਾਂ ਦਾ ਇਹ ਹੀਰਾ ਸਿੰਘ ਦਾ ਭੂਆ ਦਾ ਲੜਕਾ ਵਾ ਸਤਨਾਮ ਸਿੰਘ ਜੋ ਕਲਾਨੌਰ ਦਾ ਵਾਸੀ ਹੈ, ਉਹਨੇ ਹੀ ਇਹਨਾਂ ਨਾਲ ਮਿਲਾਇਆ ਸੀ ਤੇ ਇਹਨਾਂ ਨੇ ਪਹਿਲਾਂ ਵੀ ਹੀਰਾ ਸਿੰਘ ਦੱਸ ਰਿਹਾ ਕਿ ਮੈਨੂੰ ਵਿਜ਼ਿਟ ਵੀਜ਼ੇ ਤੇ ਹੀ ਭੇਜਿਆ ਤੇ ਉਸ ਤੋਂ ਬਾਅਦ ਹੀ ਸ਼ਾਇਦ ਕੰਮ ਤੇ ਲਗਾਇਆ ਗਿਆ। ਐਰਕਾਂ ਵੀ ਇਹਨੂੰ ਜਦੋਂ ਹੀ ਵਿਜ਼ਿਟ ਵੀਜ਼ੇ ਤੇ ਭੇਜਿਆ ਵਾ ਪਰ ਉੱਥੇ ਜਦੋਂ ਰੱਖਿਆ ਗਿਆ ਦੱਸ ਰਿਹਾ ਵੀ ਸਾਡੀ ਜਿਹੜੀ ਰੋਟੀ ਪਾਣੀ ਆ ਜਾਂ ਕੋਈ ਸਾਨੂੰ ਰਹਿਣ ਸਹਿਣ ਆ ਉਹ ਵੀ ਬਹੁਤ ਘਟੀਆ ਮਿਆਰ ਦਾ ਦਿੱਤਾ ਜਾ ਰਿਹਾ, ਰੋਟੀ ਵੀ ਜਿਹੜੀ ਬੇਟਾਈਮ ਜਿਹੜੀ ਉਹ ਦਿੱਤੀ ਜਾ ਰਹੀ ਆ ਤੇ ਉਹ ਆਪਣੀ ਦਾਸਤਾਨ ਜਿਹੜੀ ਆ ਉਹ ਖੁਦ ਹੀ ਦੱਸ ਰਿਹਾ ਵਾ। ਜਦੋਂ ਹੀ ਇਹਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੂੰ ਵੀ ਨਹੀਂ ਸੀ ਪਤਾ ਜੀ ਸਾਡਾ ਬੱਚਾ ਜਿਹੜਾ ਇਸ ਤਰ੍ਹਾਂ ਫਸ ਚੁੱਕਾ ਵਾ। ਹਾਂ, ਜਦੋਂ ਫੋਨ ਤੇ ਉਹਦੀ ਗੱਲ ਜਦੋਂ ਦੁਪਹਿਰ ਹੋਈ ਸੀ ਉਸ ਵਕਤ ਜ਼ਰੂਰ ਆਪਣੀ ਗੁਹਾਰ ਆਪਣੀ ਮਾਤਾ ਨੂੰ ਲਗਾ ਰਿਹਾ ਸੀ ਸੁਰਜੀਤ ਕੌਰ ਨੂੰ ਕਿ ਮੈਨੂੰ ਵਾਪਸ ਲਿਆਂਦਾ ਜਾਏ, ਮੇਰੇ ਭੂਆ ਦਾ ਜਿਹੜਾ ਲੜਕਾ ਸਤਨਾਮ ਸਿੰਘ ਉਹਨਾਂ ਨੂੰ ਕਹੋ, ਏਜੰਟਾਂ ਨੂੰ ਕਹੋ ਕਿ ਮੈਨੂੰ ਜਿਹੜਾ ਭਾਰਤ ਵਾਪਸ ਆ ਮੈਨੂੰ ਕੰਮ ਨਹੀਂ ਮਿਲ ਰਿਹਾ ਤੇ ਮੈਂ ਇਸੇ ਕਰਕੇ ਹੀ ਵਾਪਸ ਜਿਹੜਾ ਵਾ ਉਹ ਆਉਣਾ ਚਾਹੁੰਦਾ ਵਾ ਜੀ। ਤੇ ਹੁਣ ਜਦੋਂ ਹੀ ਜਿਹੜੇ ਧੋਖੇ ਧੜੀ ਦਾ ਜਿਹੜਾ ਸ਼ਿਕਾਰ ਏਜੰਟ ਦੇ ਨਾਲ ਗੁਰਦਿਆਲ ਸਿੰਘ ਨਾਲ ਜਦੋਂ ਗੱਲਬਾਤ ਕੀਤੀ ਗਈ ਤੇ ਉਹਨਾਂ ਨੂੰ ਦੱਸਿਆ, ਉਹਨਾਂ ਨੇ ਦੱਸਿਆ ਕਿ ਮੈਂ ਉਹਨਾਂ ਨੂੰ ਗੈਸਟ ਹਾਊਸ ਵਿੱਚ ਰੱਖਿਆ ਹੈ, ਰੋਟੀ ਪਾਣੀ ਪ੍ਰੋਪਰ ਦਿੱਤਾ ਜਾ ਰਿਹਾ ਹੈ ਤੇ ਟਿਕਟ ਦੀ ਵਾਪਸੀ ਉਹਨਾਂ ਨੂੰ ਛੇਤੀ ਜਲਦੀ ਜਿਹੜੀ ਉਹ ਕਰ ਦਿੱਤੀ ਜਾਏਗੀ ਪਰ ਅਜੇ ਤੱਕ ਤਾਂ ਸ਼ਾਇਦ ਇਹ ਜਿਹੜੀ ਕੋਈ ਵੀ ਵਾਪਸੀ ਦੀ ਕਿਰਨ ਜਿਹੜੀ ਉਹ ਨਜ਼ਰ ਨਹੀਂ ਆ ਰਹੀ ਤੇ ਹੀਰਾ ਸਿੰਘ ਵੱਲੋਂ ਖੁਦ ਹੀ ਬਿਆਨ ਕੀਤਾ ਗਿਆ ਕਿ ਮੈਨੂੰ ਜਿਹੜੀ ਆ ਵਾਪਸੀ ਜਿਹੜੀ ਉਹ ਦਿੱਤੀ ਜਾਏ ਤੇ ਜਿਹੜੇ ਮੇਰੇ ਪੈਸੇ ਆ ਉਹ ਵਾਪਸ ਕਰਵਾਏ ਜਾਣ ਤੇ ਸਰਕਾਰ ਪੰਜਾਬ ਸਰਕਾਰ ਤੇ ਭਾਰਤ ਸਰਕਾਰ ਗਾੜੀ ਜਿਹੜੀ ਆ ਉਹਨੇ ਗੁਹਾਰ ਲਗਵਾਈ ਆ। ਔਰ ਦੋਸਤੋ, ਮੈਂ ਦੱਸਣਾ ਚਾਹੁੰਦਾ ਕਿ ਰੰਧਾਵਾ ਜੀ ਨੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਵੀ ਗੱਲਬਾਤ ਕੀਤੀ ਹੈ, ਕੀ ਗੱਲਬਾਤ ਕੀਤੀ ਹੈ ਤੁਸੀਂ ਸੁਣੋ। ਹਾਂਜੀ, ਮੇਰਾ ਨਾ ਪਹਿਲਾਂ ਬੱਚਾ 5 ਸਾਲ ਵਿਆਹ ਤੋਂ ਪਹਿਲਾਂ ਲਾ ਕੇ ਆਇਆ ਸੀ ਤੇ ਵਿਆਹ ਤੋਂ ਬਾਅਦ ਵੀ 4 ਸਾਲ ਲਾ ਕੇ ਆਇਆ ਤੇ ਬੜਾ ਵਧੀਆ ਕੰਮ ਕਰ ਰਿਹਾ ਹੈ ਤੇ ਐਰਕਾਂ ਬੱਚਾ ਮੇਰੇ ਨੂੰ ਕੋਈ ਕੰਮ ਨਹੀਂ ਮਿਲਿਆ, 1 ਮਹੀਨਾ ਤੇ 1 ਦਿਨ ਹੋ ਗਿਆ ਤੇ ਹੁਣ ਉੱਥੇ ਫਸਿਆ ਪਿਆ ਤੇ ਮੇਰੇ ਬੱਚੇ ਨੂੰ ਘਰ ਆਉਣਾ ਚਾਹੀਦਾ। ਕਿੱਥੇ ਫਸਿਆ ਤੇ ਕੀ ਸਰਕਾਰ ਕੋ ਮੰਗ ਕਰਦੇ? ਸਾਡੀ ਸਰਕਾਰ ਕੋਈ ਇਹ ਮੰਗ ਵੀ ਸਾਡਾ ਬੱਚਾ ਘਰ ਆਉਣਾ ਚਾਹੀਦਾ, ਦੁਬਈ ਮੈਂ ਫਸਿਆ ਹੈ। ਤੁਹਾਨੂੰ ਕਿਸ ਤਰ੍ਹਾਂ ਪਤਾ ਚੱਲਿਆ ਕਿ ਉਹ ਆਪਣੇ ਬੁਰੇ ਹਾਲਾਤਾਂ ਦੇ ਵਿੱਚ ਉਸ ਵਕਤ? ਸਾਨੂੰ ਕੁਛ ਨਹੀਂ, ਸਾਨੂੰ ਅਸੀਂ ਵੀਡੀਓ ਤੋਂ ਪਤਾ ਚੱਲਿਆ, ਸਾਨੂੰ ਪਹਿਲੇ ਤਾਂ ਇਹੀ ਕਹਿ ਰਿਹਾ ਕਿ ਮੈਂ ਠੀਕ ਹਾਂ ਮੈਂ ਠੀਕ, ਅੱਜ ਵੀਡੀਓ ਵੇਖੀ ਸਾਨੂੰ ਫਿਰ ਪਤਾ ਚੱਲਿਆ ਕਿ ਬੁਰੀ ਤਰ੍ਹਾਂ ਫਸੇ ਹੋਏ।
ਏਜੰਟਾਂ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਜੀ? ਬਸ ਅਸੀਂ ਕਹਿਣਾ ਚਾਹ ਰਹੇ ਹਾਂ ਕਿ ਜੇ ਨਹੀਂ ਕੰਮ ਮਿਲਦਾ ਕੋਈ ਗੱਲ ਨਹੀਂ, ਸਾਡੇ ਹਸਬੈਂਡ ਨੂੰ ਵਾਪਸ ਭੇਜ ਦਿੱਤਾ। ਇਹਨੂੰ ਏਜੰਟ ਨੇ ਇੱਥੇ ਫਸਾਤਾ ਜੇ ਬੜੇ ਕਸੂਤੇ ਥਾਂ 'ਤੇ। ਠੀਕ ਆ ਵੀਰ ਜੀ, ਸਾਨੂੰ ਉੱਥੋਂ ਆਖਿਆ ਸੀ ਵੀ ਤੁਹਾਨੂੰ ਜਾਂਦੇ ਕੰਮ ਮਿਲੂਗਾ। ਠੀਕ ਆ, ਰੁਪਈਆ ਲੱਖ ਲਿਆ ਵਾ, ਏਜੰਟ ਦਾ ਨਾਂ ਜੇ ਜੋਸ਼ ਅਤੇ ਅੱਗੇ ਉਹਦਾ ਏਜੰਟ ਆ ਗੁਰਦਿਆਲ, ਅਤੇ ਸਾਨੂੰ ਆਖਿਆ ਸੀ ਵੀ ਚਲੋ ਤੁਹਾਨੂੰ ਜਾਂਦੇ ਕੰਮ 'ਤੇ ਲਵਾ ਦਾਂਗੇ। ਠੀਕ ਆ ਜੀ, ਅਤੇ ਅੱਜ ਸਾਨੂੰ ਇੱਕ ਮਹੀਨਾ ਅਤੇ ਇੱਕ ਦਿਨ ਉੱਤੇ ਹੋ ਗਏ ਅਤੇ ਸਾਡੀ ਕੋਈ ਬਾਤ ਨਹੀਂ ਪੁੱਛੀ ਜਾਣ ਦੀ, ਕੋਈ ਗੱਲਬਾਤ ਨਹੀਂ ਹੈ। ਅਤੇ ਅਸੀਂ ਬੇਨਤੀ ਕਰਦੇ ਹਾਂ ਹੋਰ ਵੀ ਜਿਹੜੇ ਮੇਰੇ ਵੀਰ ਆ ਕਿ ਵਿਜਿਟ ਵਿਜੇ 'ਤੇ ਨਾ ਆਇਓ, ਵਿਜਿਟ ਵਿਜੇ 'ਤੇ ਕੋਈ ਹੈ ਨਹੀਂ ਹੈ ਗੱਲਬਾਤ। ਠੀਕ ਹੈ, ਜੇ ਜਿਹੜੇ ਮੇਰੇ ਵੀਰ ਵੇਖਣ ਦੇ ਨਾ ਇਹ ਵੀਡੀਓ, ਉਹਨਾਂ ਨੂੰ ਇਹ ਬੇਨਤੀ ਆ ਕਿ ਵੀਰ ਜੀ ਆਪਣਾ ਸੋਚ ਵਿਚਾਰ ਕੇ ਆਉਣ। ਅਸੀਂ ਇੱਥੇ ਬੰਦਿਆਂ ਨੂੰ ਕਹਿੰਦੇ ਹਾਂ ਵੀ ਨਾ ਆਓ, ਅਤੇ ਪਰ ਉਹ ਮੰਨਦੇ ਨਹੀਂ ਇਹ ਗੱਲ ਨੂੰ। ਉਹ ਕਹਿੰਦੇ ਵੀ ਕੀ ਪਤਾ ਇਹ ਝੂਠ ਬੋਲਦੇ ਆ ਕਿ ਕੀ ਆ। ਅਤੇ ਜਿਹੜੇ ਵੀ ਵੀਰ ਜੰਟਾਂ ਦੇ ਵਿਜਿਟ ਵਿਜੇ 'ਤੇ ਆਉਂਦੇ ਆ ਉਹ ਨਾ ਆਉਣ। ਠੀਕ ਹੈ, ਅਸੀਂ ਤਾਂ ਹੁਣ ਬਹੁਤ ਕਸੂਤੇ ਫਸ ਗਏ ਹਾਂ, ਨਾ ਜੰਟ ਸਾਡੀ ਕੋਈ ਗੱਲ ਪੁੱਛਣ ਦੇ ਨਾ ਕੋਈ ਬਾਤ। ਠੀਕ ਹੈ ਜੀ, ਅਤੇ ਬੇਨਤੀ ਇਹੋ ਹੀ ਆ ਕਿ ਵੀਰ ਜੀ ਹੋਰ ਨਾ ਕੋਈ ਫਸ ਜੇ, ਖਾਸ ਕਰਕੇ ਆ ਕਪੂਰਥਲੇ ਤੋਂ ਜੋਸ਼ ਅਤੇ ਇੱਕ ਗੁਰਦਿਆਲ ਆ ਜਲੰਧਰ ਤੋਂ, ਇਹਨਾਂ ਕੋਲ ਨਾ ਕੋਈ ਆ ਜੇ। ਵੀ ਤਕਰੀਬਨ ਹੀ ਹੁਣ ਸਾਰੇ ਏਜੰਟ ਇੱਦਾਂ ਹੀ ਕਰਦੇ ਆ, ਵਿਜਿਟ ਵਿਜੇ 'ਤੇ ਭੇਜੀ ਜਾਂਦੇ ਉੱਥੋਂ, ਅਤੇ ਕੋਈ ਗੱਲਬਾਤ ਨਹੀਂ ਹੋਣ ਦੀ ਆ। ਜੋਸ਼ ਜੋਸ਼ ਨੂੰ ਛੱਡੋ, ਤੁਸੀਂ ਸਾਰੇ ਏਜੰਟ ਇਹੋ ਕਰਨ ਦੇ ਆ। ਦੂਜੇ ਹੋਰ ਜਿੰਦੂ ਹੋਰ ਜੋਗਾ ਹੋਰ ਵੀ ਕੋਈ ਏਜੰਟ ਆ ਜਿਹੜੇ ਵੀ ਜ਼ਿਆਦਾ ਗਗਨ ਵਰਗੇ ਵੀ ਆ ਜਲੰਧਰ ਦੇ, ਜਿਹੜੇ ਤਕਰੀਬਨ ਸਾਰੇ ਏਜੰਟ ਆ ਨਾ ਇਹੋ ਕੰਮ ਕਰਨ ਦੇ ਜੇ। ਅਤੇ ਬਟਾਲੇ ਤੋਂ ਵੀ ਇਹੋ ਹਾਲ ਜੇ, ਮਲਕੀਤ ਦੇ ਵੀ ਬੰਦੇ ਇੱਥੇ ਹੈਗੇ ਜੇ। ਅਤੇ ਅਸੀਂ ਇਹੋ ਬੇਨਤੀ ਕਰਦੇ ਹਾਂ ਵੀਰ ਜੀ, ਖਾਸ ਕਰਕੇ ਕੋਈ ਵੀ ਵੀਰ ਵਿਜਿਟ ਵਿਜੇ 'ਤੇ ਨਾ ਆਵੇ। ਠੀਕ ਹੈ ਵੀਰ ਜੀ, ਇੰਨੀ ਕੁ ਬੇਨਤੀ ਕਰਦੇ ਹਾਂ। ਅੱਗੋਂ ਵੀਰ ਜੀ ਹੋਣਾਂ ਦੀ ਆਪਣੀ ਮਰਜ਼ੀ ਆ, ਸੋਚ ਵਿਚਾਰ ਕੇ ਜਿਹੜੇ ਵੀਰ ਨੇ ਵੀ ਆਉਣਾ ਆਵੇ। ਇੱਕ ਮਹੀਨਾ ਅਤੇ ਇੱਕ ਦਿਨ ਹੋ ਗਏ ਜੇ, ਅਤੇ ਇੱਕ ਟਾਈਮ ਰੋਟੀ ਖਾਈਦੀ ਆ, ਅਤੇ ਉਹ ਵੀ ਇਹੋ ਜਿਹੀ ਵੀ ਤੁਹਾਨੂੰ ਦੱਸ ਨਹੀਂ ਸਕਦੇ ਹਾਂ ਵੀ ਕੀ ਹਾਲਾਤ ਹੋ ਗਿਆ ਇੱਥੇ ਸਾਡੇ। ਠੀਕ ਹੈ ਜੀ, ਨਾ ਇੱਥੇ ਕੋਈ ਪੁੱਛਣ ਡਿਆ। ਜੇ ਏਜੰਟ ਘਰਦਿਆਂ ਨੂੰ ਕਹਿ ਦਿੰਦੇ ਆ ਹਾਂ ਵੀ ਚਲੋ ਮੁੰਡਾ ਤੁਹਾਡਾ ਕੰਮ 'ਤੇ ਨਹੀਂ ਜਾਣ ਡਿਆ, ਸਾਨੂੰ ਇੱਕ ਮਹੀਨਾ ਇੱਕ ਦਿਨ ਹੋ ਗਿਆ, ਨਾ ਇੱਥੇ ਕੋਈ ਪੁੱਛਣ ਆਉਣ ਡਿਆ ਵਾ ਵੀ ਕੰਮ ਦੀ, ਤਾਂ ਗੱਲ ਹੀ ਦੂਰ ਰਹਿ ਗਈ ਵੀ ਸਾਨੂੰ ਤਾਂ ਕਿਸੇ ਨੇ ਇੰਨਾ ਵੀ ਨਹੀਂ ਆਖਿਆ ਵੀ ਇੱਥੋਂ ਤੁਹਾਨੂੰ ਉੱਥੇ ਇੰਟਰਵਿਊ। ਔਰ ਪਰਿਵਾਰ ਨੇ ਬਕਾਇਦਾ ਤੌਰ 'ਤੇ ਪੰਜਾਬ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਾਡੀ ਮਦਦ ਕੀਤੀ ਜਾਵੇ ਔਰ ਸਾਡੇ ਬੱਚਿਆਂ ਨੂੰ ਘਰ ਬੁਲਾਇਆ ਜਾਵੇ। ਔਰ ਅਜਿਹੇ ਏਜੰਟਾਂ ਦੇ ਖਿਲਾਫ਼, ਧੋਖੇਬਾਜ਼ ਏਜੰਟਾਂ ਦੇ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦੀ ਵੀ ਉਹਨਾਂ ਨੇ ਮੰਗ। ਸੋ ਇਹ ਸੀ ਹੁਣ ਤੱਕ ਦੀ ਅਪਡੇਟ, ਬਾਕੀ ਅਪਡੇਟ ਜਿਵੇਂ ਆਉਣਗੀਆਂ ਅਸੀਂ ਲੈ ਕੇ ਰੂਬਰੂ ਹੁੰਦੇ ਰਹਾਂਗੇ। ਤੁਸੀਂ ਜੁੜੇ ਰਹੋ ਏਵਨ ਪੰਜਾਬੀ ਟੀ ਵੀ ਦੇ ਨਾਲ।